ओंकार वाहिगुरु जी की फतेह। श्री भगवती जी सहाय वार। श्री भगवती जी की पातशाही दसवे। प्रथम भगवती सिमरकै गुरु नानक लई त्याहे। फिर अंगद गुरते अमरदास रामदास हुई सहाय। अर्जन हर गोबिंद नाम सिमरा श्री हर राय। श्री हर कृष्ण त्याई जिस जिठै सब दुख जाए। तेग बहादुर सिमरै करन उन दयावै ताए। सब थाई हुए सहाय दसवें पातशाह। श्री गुरु गोबिंद सिंह जी महाराज सब थाई हुए सहाय दसा पातशाहियां दी जोत। श्री गुरु ग्रंथ साहिब जी दे पाठ दीदार जी का ध्यान धर के बोलाओ जी। पंजाब प्यारियां चौहान साहिबजादियां चाली मुक्तियां हठियां जपियां तपियां जिन्ना नाम जपया वंड के छकिया देख चलाई तेग वाई देख के अंडिट कीता तिन्हां प्यारियां सचियारियां दी कमाई दा ध्यान धर के बोलाओ जी। जिन्ना सिंघां सिंघणियां ने धर्म हित सीस दित्ते बंद बंद कटवाए कोपरियां लुहाईयां चरखड़ियां ते चढ़े तन आरियां नाल चरवाए गुरद्वारियां दी पवित्रता लई कुर्बानियां कीतियां धर्म नहीं हारिया सिखी केसां सवासां संग निभाहे तिन्हां दी कमाई दा ध्यान धर के खालसा जी साहिब बोलाओ जी। पंजां तख्तां सरबत गुरद्वारियां जी का ध्यान धर के बोलाओ जी। प्रथम सरबत खालसा जी की अरदास है जी। सरबत खालसा जी को वाहिगुरु चित आवै चित आवण का सदका सर्व सुख होवै। जहां जहां खालसा जी साहेब तहां तहां रचिया रै देख देख पतै बिरद की पैज पंथ की जीत। श्री साहब जी सहाय खालसा जी के बोल बाले बोलाओ जी। सिखां नूं सिखी दान केश दान रहत दान विवेक दान मिसाह दान भरोसा दान दाना सिर दान नाम दान। श्री अमृतसर साहब जी के दर्शन इशनान चौकियां झंडे बुंगे जुगो जुग अटल धर्म का जयकार बोलाओ जी। सिखां दा मन दीवा मत उची मत पत का राखा आप अकाल पुरख वाहे गुरु। हे अकाल पुरख अपने पंथ ते सदा सहायता तार पिता जीओ श्री ननकाणा साहेब अते होर गुरद्वारे धाम जिन्हां तों आप जी दे पंथ खालसे नूं छोड़िया गया है जी। ਤਿਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰਾ ਸੱਚੇ ਪਿਤਾ ਵਾਹਿਗੁਰੂ। ਧੰਨ ਧੰਨ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਮਹਾਨ ਬਖਸ਼ਿਸ਼ ਰਹਿਮਤ ਦਾ ਸਦਕਾ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਤਰਸ ਖਾਤਾ ਆਪਣੀ ਮਿਹਰ ਦੇ ਨਾਲ ਨਿਵਾਜਿਆ। ਦਰ ਘਰ ਦੇ ਚਰਨ ਸੇਵਕ ਸਵਰਗਵਾਸੀ ਸਰਦਾਰ ਚਰਨਜੀਤ ਸਿੰਘ ਜੀ ਭੈਣ ਜੀ ਸਤਨਾਮ ਕੌਰ ਜੀ ਤਿਨਾਂ ਦੇ ਸਮੁੱਚੇ ਪਰਿਵਾਰ ਨੂੰ ਖੁਸ਼ੀਆਂ ਦੇ ਸੁਭਾਗੇ ਸਮੇਂ ਪ੍ਰਦਾਨ ਕੀਤੇ ਹਨ। ਬੱਚਾ ਦੀਦਾਰ ਸਿੰਘ ਅਤੇ ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਬੱਚੇ ਦੇ ਪਰਿਵਾਰ ਨੂੰ ਆਪ ਜੀ ਨੇ ਅਗਾਂਹ ਤੋਰਿਆ ਹੈ। ਆਪਣੇ ਦਰੋਂ ਘਰੋਂ ਤੁਰ ਉੱਠ ਕੇ ਸਤਿਗੁਰੂ ਪਾਤਸ਼ਾਹ ਜੀ ਭਚੰਗੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਬੇਟਾ ਦਿਆਲਾ ਸਿੰਘ ਸਤਿਗੁਰੂ ਪਾਤਸ਼ਾਹ ਜੀ ਜਿਸ ਦੇ ਜਨਮ ਦੀ ਖੁਸ਼ੀ ਵਿੱਚ ਸੇਵਕ ਪਰਿਵਾਰ ਨੇ ਸਤਿਗੁਰੂ ਆਪ ਜੀ ਦੇ ਚਰਨ ਪਰਸੇ ਹਨ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੀ ਅਸੀਸ ਪ੍ਰਾਪਤ ਕਰਦਿਆਂ ਹੋਇਆਂ ਸਤਸੰਗ ਸਮਾਗਮਾਂ ਦੀਆਂ ਸੇਵਾਵਾਂ ਨਿਭਾਉਂਦੇ ਹਾਂ। ਸੰਗਤੀ ਰੂਪ ਵਿੱਚ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਦੇ ਸਮਾਗਮ ਦੀ ਸੇਵਾ ਪ੍ਰਾਪਤ ਕੀਤੀ ਹੈ। ਹਜ਼ੂਰ ਪਾਤਸ਼ਾਹ ਜੀ ਬੱਚੇ ਦੇ ਜਨਮ ਦੀ ਖੁਸ਼ੀ ਵਿੱਚ ਹਜ਼ੂਰ ਆਪ ਦੇ ਚਰਨ ਪਸਦਿਆਂ ਜਿੱਥੇ ਸੁੱਚੀਆਂ ਸੰਗਤਾਂ ਪਰਿਵਾਰ ਨੇ ਮਿਲ ਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਪਾਠ ਕੀਤੇ ਸੋਧਾ ਰਹਿਰਾ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਉਪਰੰਤ ਅਖੰਡ ਕੀਰਤਨੀ ਜਥੇ ਵੱਲੋਂ ਨਿਰੰਤਰ ਗੁਰਬਾਣੀ ਦੇ ਕੀਰਤਨ ਪ੍ਰਵਾਹ ਦੀ ਸੇਵਾ ਨਿਭਾਈ ਗਈ ਹੈ। ਮਹਾਰਾਜ ਜੀ ਆਪ ਜੀ ਦੀ ਕਿਰਪਾ ਹੋਈ ਹੈ। ਰਲ ਮਿਲ ਕੇ ਆਪ ਜੀ ਉਸਤਤ ਕੀਤੀ ਗਈ ਹੈ ਕੀਰਤੀ ਕੀਤੀ ਗਈ ਹੈ। ਮਹਾਰਾਜ ਆਨੰਦ ਸਾਹਿਬ ਜੀ ਦੀ ਬਾਣੀ ਦਾ ਜਾਪ ਹੋਇਆ ਹੈ।
ਸਤਿਗੁਰੂ ਪੜ੍ਹੇ ਸੁਣੀ ਬਾਣੀ ਦਾ ਭਾਵ ਸਮੁੱਚੀਆਂ ਸੰਗਤਾਂ ਜੋ ਆਪ ਜੀ ਨੇ ਇਹ ਦਾਤ ਚੰਗੀ ਬੱਚੇ ਦੀ ਪ੍ਰਦਾਨ ਕੀਤੀ ਹੈ, ਬੱਚਾ ਦਿਆਲਾ ਸਿੰਘ ਸਤਿਗੁਰੂ ਪਾਤਸ਼ਾਹ ਜੀ ਉਸਦੇ ਹਿਰਦੇ ਅੰਦਰ ਇਹ ਗੁਰਬਾਣੀ ਦਾ ਪ੍ਰਭਾਵ ਵਸਾਉਣਾ ਅਤੇ ਆਪਣੀ ਇਸ ਦਾਤ ਦੀ ਸਾਰ ਸੰਭਾਲ ਆਪ ਕਰਨੀ, ਬੱਚੇ ਦੇ ਸੀਸ ਉੱਤੇ ਮੇਰਾ ਭਰਿਆ ਹੱਥ ਰੱਖ ਕੇ ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ, ਜਿਵੇਂ ਇਸ ਸਮੁੱਚੇ ਪਰਿਵਾਰ ਨੂੰ ਆਪ ਜੀ ਨੇ ਆਪਣੇ ਦਰ ਘਰ ਦੀ ਸੰਪੂਰਨ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਕੇ ਆਪਣੇ ਚਰਨਾਂ ਨਾਲ ਜੋੜਿਆ ਹੈ, ਮਹਾਰਾਜ ਇਸੇ ਤਰ੍ਹਾਂ ਇਸ ਬੱਚੇ ਦੇ ਹਿਰਦੇ ਦੇ ਅੰਦਰ ਆਪਣੀ ਬਖਸ਼ਿਸ਼ ਪਾਉਣੀ, ਮਿਹਰ ਦੇ ਨਾਲ ਕਰਤਾਰ ਕਰਨਾ, ਗੁਰਸਿੱਖੀ ਜੀਵਨ ਪ੍ਰਦਾਨ ਕਰਨਾ, ਆਪਣੇ ਚਰਨਾਂ ਦੀ ਪ੍ਰੀਤ ਪ੍ਰਦਾਨ ਕਰਨੀ, ਆਪਣੀ ਬਾਣੀ ਨਾਲ ਜੋੜ ਕੇ ਰੱਖਣਾ, ਬਾਣੇ ਨਾਲ ਜੋੜ ਕੇ ਰੱਖਣਾ, ਸ਼ਬਦ ਦੀ ਦਾਤ ਨਾਲ ਕਿਰਤਾਰਥ ਕਰਨਾ, ਅੰਗ ਸੰਗ ਸਹਾਈ ਹੋ ਕੇ ਵਰਤਣਾ, ਮਹਾਰਾਜ ਦਾਤ ਆਪ ਜੀ ਦੀ ਆਪਣੀ ਹੈ, ਇਸ ਦਾਤ ਦੀ ਸਾਰ ਸੰਭਾਲ ਵੀ ਆਪ ਕਰਨੀ, ਚੜ੍ਹਦੀਆਂ ਕਲਾ ਵਾਲਾ ਜੀਵਨ, ਉੱਚਾ ਅਤੇ ਸੁੱਚਾ ਆਚਰਣ ਪ੍ਰਦਾਨ ਕਰਨਾ, ਸਤਿਗੁਰੂ ਜੀ ਹਮੇਸ਼ਾ ਆਪਣੇ ਆਗਿਆਕਾਰੀ ਬਣਾ ਕੇ ਰੱਖਣਾ, ਜ਼ਿੰਦਗੀ ਦੇ ਹਰ ਖੇਤਰ ਵਿੱਚ ਕਾਮਯਾਬੀਆਂ ਪ੍ਰਦਾਨ ਕਰਦਿਆਂ, ਸਫਲਤਾਵਾਂ ਨਾਲ ਨਿਵਾਜਦਿਆਂ, ਹਮੇਸ਼ਾ ਸਤਿਗੁਰੂ ਆਪਣੀ ਭੈ ਭਾਵਨੀ ਦੇ ਵਿੱਚ ਰੱਖਣਾ, ਹਜ਼ੂਰ ਅੰਗ ਸੰਗ ਹੋ ਕੇ ਵਰਤਣਾ, ਦੁਕਾਲਮ ਪਰਨਾਸੇ ਦਯਾਲਮ ਸਰੂਪੇ ਸਦਾ ਅੰਗ ਸੰਗੇ ਅਪੰਗਮ ਲਗੂਦੇ ਦੀ ਦਾਤ ਪ੍ਰਦਾਨ ਕਰਦਿਆਂ ਸਤਿਗੁਰੂ ਪਾਤਸ਼ਾਹ ਜੀਓ ਜੀ ਹਜ਼ੂਰੀ ਵਿੱਚ ਰੱਖਣਾ, ਮਹਾਰਾਜ ਆਪਣੇ ਦਰ ਘਰ ਦਾ ਪਿਆਰ ਪ੍ਰਦਾਨ ਕਰਨਾ, ਨਾਮ ਦਾ ਰੰਗ ਲਾ ਕੇ ਰੱਖਣਾ, ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਸ਼ ਕਰਨਾ, ਨਿਤ ਨਿਯਮ ਦੀਆਂ ਦਾਤਾਂ ਦੇ ਨਾਲ ਨਿਵਾਜਦਿਆਂ ਸ਼ੁਭ ਮਨੋਰਥ ਪੂਰੇ ਕਰਨੇ, ਸਮੁੱਚੇ ਪਰਿਵਾਰ ਨੂੰ ਸਤਿਗੁਰੂ ਪਾਤਸ਼ਾਹ ਆਪਣੇ ਦਰ ਘਰ ਦੀ ਟਹਿਰ ਸੇਵਾ ਵਿੱਚ ਇਸੇ ਤਰ੍ਹਾਂ ਲਾਈ ਰੱਖਣਾ, ਪਰਿਵਾਰ ਵਿੱਚ ਸੁੱਖ ਵਰਤਾਵਣੇ, ਚੜ੍ਹਦੀਆਂ ਕਲਾ ਵਾਲਾ ਜੀਵਨ ਪ੍ਰਦਾਨ ਕਰਨਿਆਂ, ਦੇਸ ਪ੍ਰਦੇਸ ਆਪਣੇ ਸੇਵਕਾਂ ਦੀ ਬਾਂਹ ਫੜ ਕੇ ਰੱਖਣੀ, ਔਖੇ ਭਾਰੇ ਸਮੇਂ ਆਪਣੇ ਸ਼ਬਦ ਦੁਆਰਾ ਰੱਖਿਆ ਕਰਨੀ, ਖਣ ਲੁਕੇਤ ਮੈਂ ਸ਼ਰਨ ਤਿਹਾਰੇ ਆਪ ਹਾਥ ਲਿਓ ਉਭਾਰੇ ਸਰਬ ਕੌਰ ਮੋ ਸੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ, ਮਹਾਰਾਜ ਆਪ ਕਿਰਪਾ ਕਰਨੀ ਔਖੀ ਘੜੀ ਨਾ ਦੇਖਣ ਤੇ ਆਪਣਾ ਬਿਰਦ ਸੰਭਾਲੇ ਹਾਥ ਤੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ ਆਪਣੇ ਸੇਵਕਾਂ ਦੀ ਸਵਾਸ ਸਵਾਸ ਪ੍ਰਤਪਾਲਨਾ ਕਰਨੀ ਹਮਰੀ ਕਰੋ ਹਾਥ ਤੇ ਰਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਆਪਣਿਆਂ ਨੂੰ ਆਪਣੇ ਜਾਣਦਿਆਂ ਹਰ ਥਾਂ ਦੇ ਉੱਤੇ ਸਾਰ ਸੰਭਾਲ ਕਰਨੀ ਪ੍ਰਤਪਾਲਨਾ ਕਰਨੀ ਅਤੇ ਇਸੇ ਤਰ੍ਹਾਂ ਸਾਨੂੰ ਆਪਣੇ ਸ਼ਬਦ ਦਾ ਅੰਚਰ ਪਕੜਾ ਕੇ ਰੱਖਣਾ ਪਰਿਵਾਰ ਦੇ ਸੱਦੇ ਤੇ ਆਈਆਂ ਸਮੁੱਚੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲ ਪੁਲ ਭੇਟਾਵਾਂ ਦੇ ਕੇ ਜਦਾਵਣੀਆਂ ਕਦਮ ਸਫਲਾ ਕਰਨੇ ਸਭਨਾਂ ਦੀ ਭਰੀ ਹੋਈ ਹਾਜ਼ਰੀ ਕੀਤੀ ਹੋਈ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨੇ ਸ਼ੁਭ ਮਨੋਰਥ ਪੂਰੇ ਕਰਨੇ ਸਤਿਗੁਰੂ ਪਾਤਸ਼ਾਹ ਜੀ ਪਾਵਨ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਆਪ ਜੀ ਨੂੰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸਾਧ ਸੰਗਤ ਵਿੱਚ ਵਰਤੇ ਜੋ ਜੋ ਛਕੇ ਆਪ ਜੀ ਦਾ ਨਾਮ ਜਪੇ ਕਰੋ ਕਿਰਪਾ ਮਹਾਰਾਜ ਜੀਓ ਪਾਵਨ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕਰੋ ਹੁਕਮਨਾਮੇ ਦੇ ਚੱਲਣ ਦੀ ਸਮਰੱਥਾ ਬਖਸ਼ੋ ਅੱਖਰ ਵਾਦਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਜੀ ਸੇ ਪਿਆਰੇ ਮੇਰ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਰਾ ਕਿਆ ਭਈ ਆਕਾਰ ਕੀ ਅਰੇ ਜਲਾਇਓ ਪੰਥ ਸਾਧ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਨਰਕ ਗੁਰਾ ਕੀ ਦੇ ਜੋ ਪ੍ਰਭ ਕੋ ਮਿਲ ਪੋਚ ਹੈ ਉਹ ਸ਼ਬਦ ਮੈਂ ਲੇ ਸ਼ਰਨ ਜੋ ਹੋਏ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੁਤਰੇ ਪਾਰ ਜੋ ਸ਼ਰਧਾ ਕਰ ਸੇਵੰਤ ਗੁਰੂ ਪਾਰ ਉਤਾਰਨ ਹਾਰ ਤਾ ਜਾਂ ਕੈ ਹੱਥ ਮੈਂ ਕਲਗੀ ਸੋਹੈ ਸੀਸ ਸੋ ਹਮਰੀ ਰਛਿਆ ਕਰੈ ਕਲਗੀ ਧਾਰ ਜਗਦੀਸ ਸੋ ਹਮਰੀ ਰਛਿਆ ਕਰੈ ਕਲਗੀ ਧਾਰ ਜਗਦੀਸ ਸੋ ਨਿਹਾਰ